ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਚੈਨ, ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਅੰਮ੍ਰਿਤਸਰ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਦੋਸ਼ੀਆਂ ਨੂੰ ਕੀਤਾ ਕਾਬੂ। ਥਾਣਾ ਡੀ ਡਿਵੀਜ਼ਨ ਨੂੰ ਮਿਲੀ ਸਫਲਤਾ, ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ। ਆਨੰਦ ਅੰਮ੍ਰਿਤ ਪਾਰਕ ਵਿੱਚ ਗੰਦਗੀ ਦੀ ਭਰਮਾਰ, ਸੀਵਰੇਜ ਦੇ ਪਾਣੀ ਨਾਲ ਫੈਲੀ ਬਦਬੂ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਅੰਮ੍ਰਿਤਸਰ ਪੁਲਿਸ ਨੂੰ ਇਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ, ਜਦੋਂ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਮੋਹਾਲੀ ਦੇ ਖਰੜ ਵਿਖੇ ਜਾ ਕੇ ਗ੍ਰਿਫਤਾਰ ਕੀਤਾ, ਜਿਸ ਸੰਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਆਪਣੇ ਇੱਕ ਐਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਕਰਨ ਵਾਲੇ ਗਰੋਹ ਨੂੰ, ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾਫਾਸ਼ ਕੀਤਾ। ਉਹਨਾਂ ਪਾਸੋਂ 2 ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ। ਇਹ ਵਿਅਕਤੀ ਆ ਜਿਹੜੇ ਇੰਟਰ ਸਟੇਟ ਕ੍ਰਾਈਮ ਕਰਦੇ ਸੀ, ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਅਤੇ ਹੋਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਸੀ। ਇਹਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ। ਇਹ 5 ਦੇ 5 ਬੰਦੇ ਆ ਜਿਹੜੇ, ਇਹ ਕੱਲ੍ਹ ਇੱਕ ਰਹਿਸ਼ੀ ਫਲੈਟ ਦੇ ਵਿੱਚੋਂ, ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਅਤੇ ਇਹਨਾਂ ਪਾਸੋਂ 2 ਪਿਸਟਲ ਜਿਹੜੇ ਬਰਾਮਦ ਹੋਏ ਨੇ। ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ, 2 ਬੰਦੇ ਹਿਮਾਚਲ ਦੇ ਨੇ, 3 ਬੰਦੇ ਪੰਜਾਬ ਦੇ ਨੇ। ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਅਲੱਗ ਅਲੱਗ ਪਰਚੇ ਦਰਜ ਸੀਗੇ, ਫਾਇਰਿੰਗ ਇੰਸੀਡੈਂਟ ਦੇ, ਅਟੈਂਪਟ ਟੂ ਮਰਡਰ ਦੇ ਅਤੇ ਹੋਰ NDPS ਦੇ ਪਰਚੇ ਦਰਜ ਸੀਗੇ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉੱਥੋਂ MP ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਲੇਵਰ ਪਲੈਨਿੰਗ ਵੀ ਇੱਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਿਮੀਨਲਸ ਨੂੰ ਆ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ 'ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟੀਫਿਕਲੀ ਟੈਕਨੀਕਲੀ ਤਫਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਅਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਅਵਰਡ ਕਰ ਲਿਆ। ਥਾਣਾ ਡੀ ਡਿਵੀਜ਼ਨ ਵੱਲੋਂ ਚੋਰੀ ਦੇ 8 ਮੋਟਰਸਾਈਕਲ ਅਤੇ 1 ਐਕਟਿਵਾ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰ ਉਸ ਪਾਸੋਂ 8 ਚੋਰੀ ਦੇ ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ ACP ਸੁਰਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਡੀ ਡਿਵੀਜ਼ਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ, 9 ਵਹੀਕਲ ਦੀ, ਚੋਰੀ ਦੇ ਵਹੀਕਲ ਸੀ, ਰਿਕਵਰ ਕੀਤੇ ਗਏ ਆ। ਮਲੂਕ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਆ ਔਰ ਇਹਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 40-6-7-24 ਨੂੰ ਦਰਜ ਕੀਤਾ ਸੀ ਅੰਡਰ ਸੈਕਸ਼ਨ 307(2), 317(2) BNS ਦੇ ਵਿੱਚ। ਔਰ ਇਹਦੇ ਕੋਲੋਂ ਪਹਿਲੇ ਦਿਨ ਐਕਟਿਵਾ ਦੇ 3 ਨੂੰ ਕਾਬੂ ਕੀਤਾ ਗਿਆ ਸੀ, ਐਕਟਿਵਾ ਇਹਦੀ ਚੋਰੀ ਦੀ ਨਿਕਲੀ, ਇਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਫਿਰ ਇਹਦਾ ਰਿਮਾਂਡ ਲਿਆ ਗਿਆ, ਰਿਮਾਂਡ ਦੇ ਦੌਰਾਨ ਜਦੋਂ ਇਹਦੀ ਇਹਨੇ ਸਾਡੇ ਕੋਲ ਕਨਫੈਸ਼ਨ ਕੀਤਾ ਵੀ ਮੈਂ 8 ਮੋਟਰਸਾਈਕਲ ਹੋਰ ਜਿਹੜੇ ਆ ਉਹ ਚੋਰੀ ਕਰਕੇ ਸੁਰ ਸਿੰਘ ਵਾਲਾ ਇੱਕ ਬੇਆਬਾਦ ਭੱਠਾ ਹੈਗਾ ਉੱਥੇ ਲਗਾਸ਼ ਪਾ ਕੇ ਰੱਖੇ ਹੋਏ ਆ ਔਰ ਉਹਦੀ ਕਨਫੈਸ਼ਨ ਸਟੇਟਮੈਂਟ ਦੇ ਉੱਤੇ ਜਾ ਕੇ ਉੱਥੋਂ ਰਿਕਵਰੀ ਕੀਤੀ ਹੈ। ਟੋਟਲ 9 ਵਹੀਕਲ ਇਹਦੇ ਵਿੱਚ ਰਿਕਵਰ ਹੋਏ ਨੇ ਔਰ ਇਹ ਸਾਡੇ ਕੋਲ ਅਜੇ ਰਿਮਾਂਡ 'ਤੇ ਹੈ, ਫਰਦਰ ਇਹਦੇ ਕੋਲ ਪੁੱਛਗਿੱਛ ਚੱਲ ਰਹੀ ਹੈ।
ਨਹੀਂ ਇਹ ਵੇਚਦਾ ਆ ਜੀ ਗਾਂ ਫਰਦਰ, ਅਜੇ ਇਹਨੇ ਜਿਹੜੇ ਹੁਣ ਸਾਡੇ ਕੋਲ ਰਿਕਵਰ ਹੋਏ ਇਹਨੇ ਇੱਕ ਥਾਂ ਡੰਪ ਕੀਤੇ ਹੋਏ ਸੀ ਝਾੜੀਆਂ ਦੇ ਵਿੱਚ, ਉੱਥੋਂ ਸਾਨੂੰ ਇਹਨੇ ਰਿਕਵਰ ਕਰਾਏ ਨੇ। ਬਾਕੀ ਪਹਿਲਾਂ ਇਹਦੇ ਖਿਲਾਫ਼ 3 ਮੁਕੱਦਮੇ ਦਰਜ ਨੇ, ਉਹਦੇ ਵਿੱਚ ਵੀ ਇਹਦੇ ਕੋਲ ਪੁੱਛਗਿੱਛ ਕਰ ਰਹੇ ਹਾਂ ਵੀ ਜਦੋਂ ਪਹਿਲਾਂ ਦਰਜ ਹੋਏ ਮੁਕੱਦਮਿਆਂ ਦੇ ਵਿੱਚ ਜਿਹੜੇ ਵਹੀਕਲ ਸੀ ਉਹ ਇਹਨੇ ਕਿੱਥੇ ਕਿੱਥੇ ਵੇਚੇ ਸੀ ਜਾਂ ਇਹ ਮੋਟਰਸਾਈਕਲ ਇਹਨੇ ਕਿੱਥੇ ਵੇਚਣੇ ਸੀ। ਰਣਜੀਤ ਐਵਨਿਊ ਬਣੇ ਅੰਮ੍ਰਿਤ ਆਨੰਦ ਪਾਰਕ ਵਿੱਚ ਲੋਕ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਆਉਂਦੇ ਹਨ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਵੱਲੋਂ ਵੀ ਕਈ ਵਾਰ ਇਸ ਪਾਰਕ ਵਿੱਚ ਵਿਕਾਸ ਦੇ ਕੰਮ ਕੀਤੇ ਗਏ ਹਨ। ਪਿਛਲੇ ਸਮੇਂ ਵਿੱਚ ਇੱਥੇ ਜਲਿਆਂ ਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਵੀ ਬਣਾਇਆ ਗਿਆ ਸੀ, ਪਰ ਦੇਖਣ ਨੂੰ ਆ ਰਿਹਾ ਕਿ ਇਸ ਪਾਰਕ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਾਰ ਸੈਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਆਖਿਆ ਕਿ ਉਹ ਸੈਰ ਕਰਨ ਆਉਂਦੇ ਹਨ ਪਰ ਇੱਥੇ ਗੰਦੇ ਪਾਣੀ ਵਿੱਚ ਮੱਛਰ ਦੀ ਭਰਮਾਰ ਹੈ ਅਤੇ ਬਦਬੂ ਵੀ ਕਾਫੀ ਆਉਂਦੀ ਹੈ। ਉਹਨਾਂ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ। ਇਹ ਰਣਜੀਤ ਐਵਨੀ ਦਾ ਅੰਮ੍ਰਿਤ ਆਨੰਦ ਪਾਰਕ ਹੈ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸ਼ਾਮ ਦੀ ਸੈਲ ਹੋ ਰਹੀ ਹੈ, ਸਾਰੇ ਆਪਣੇ ਘਰਾਂ 'ਚੋਂ ਨਿਕਲ ਕੇ, ਗਰਮੀਆਂ ਦਾ ਦਿਨ ਚੱਲ ਰਹੇ ਨੇ ਅਤੇ ਆਪਣੇ ਘਰ 'ਚੋਂ ਨਿਕਲ ਕੇ ਸੈਲ ਦਾ ਆਨੰਦ ਲੈ ਰਹੇ ਨੇ। ਪਰ ਤੁਸੀਂ ਦੇਖਿਆ ਹੋਏਗਾ ਕਿ ਸਾਫ਼ ਸਫਾਈ ਦਾ ਇੱਥੇ ਕਿੰਨਾ ਕੁ ਚੰਗਾ ਸਾਧਨ ਹੈ। ਤੁਸੀਂ ਦੇਖੋ ਕਿ ਇੱਥੇ ਛੋਟੇ ਛੋਟੇ ਬੱਚੇ ਇੱਥੇ ਸੈਲ ਕਰਦੇ ਨੇ, ਪ੍ਰਭਾਵ ਵੇਖੋ ਪੈਂਦਾ ਵੈ। ਅੱਜ ਹਰ ਕੋਈ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਡੇਂਗੂ ਦਾ ਵੀ ਟਾਈਮ ਹੈ, ਮੱਛਰ ਦਾ ਟਾਈਮ ਹੈ, ਗੋਡੇ ਗੋਡੇ ਇੱਥੇ ਜਿੱਥੇ ਰਨਿੰਗ ਕਰਦੇ ਨੇ ਬੱਚੇ ਜਾਂ ਬਜ਼ੁਰਗ ਜਾਂ ਸਾਡੇ ਨੌਜਵਾਨ ਇੱਥੇ ਸੈਲ ਕਰਦੇ ਨੇ ਅਤੇ ਚਿੱਕੜ ਪਾਣੀ ਗੰਦਗੀ ਮੱਛਰ ਜਿਹੜਾ ਇੱਥੇ ਪੈਦਾ ਹੋ ਰਿਹਾ ਵੈ। ਮੈਂ ਸਮਝਦਾ ਵਾਂ ਕਿ ਇੱਥੇ ਤਾਂ ਲੋਕ ਆਪਣੀਆਂ ਬਿਮਾਰੀਆਂ ਠੀਕ ਕਰਨ ਆਉਂਦੇ ਨੇ, ਮੈਨੂੰ ਡਰ ਹੈ ਕਿ ਇੱਥੋਂ ਹੀ ਡੇਂਗੂ ਦੀ ਬਿਮਾਰੀ ਜਿਹੜੀ ਮੱਛਰ ਦੀ ਬਿਮਾਰੀ ਉਹ ਆਪਣੇ ਘਰਾਂ 'ਚ ਨਾ ਲੋਕ ਲੈ ਜਾਣ। ਇਸੇ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵਾਂ ਕਿ ਜਲਦੀ ਤੋਂ ਜਲਦੀ ਇੱਥੇ ਜਿਹੜੀ ਅੰਮ੍ਰਿਤ ਆਨੰਦ ਪਾਰਕ ਦੀ ਜਿਹੜੀ ਸਫਾਈ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਇੱਥੇ ਵਧੀਆ ਪਾਲੋ ਪੋਸ਼ਣ, ਵਧੀਆ ਸੁਵਿਧਾ ਮਿਲਣ, ਲੋਕ ਆਨੰਦ ਲੈਣ ਆਪਣੀ ਸੈਲ ਕਰਨ ਦਾ। ਮੁਸ਼ਕਲਾਂ ਅਸੀਂ ਆ ਜੀ ਆਨੰਦ ਪਾਰਕ ਆਏ ਹਾਂ, ਆਹ ਟਰੈਕ ਆ ਇੱਕ, ਆਹ ਟਰੈਕ ਦਾ ਤੁਸੀਂ ਹਾਲ ਵੇਖ ਸਕਦੇ ਜੇ ਕਿ ਨੌਜਵਾਨ ਕਿੱਥੇ ਦੌੜ ਲਾਉਣਗੇ। ਗੁਰੂ ਨਾਨਕ ਸਟੇਡੀਅਮ ਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਜਦੋਂ ਕੋਈ ਭਰਤੀ ਆਉਂਦੀ ਆ ਉਸ ਤੋਂ 10-15 ਦਿਨ ਪਹਿਲਾਂ ਮੁੰਡੇ ਦੀ ਮਿਹਨਤ ਦਾ ਟਾਈਮ ਹੁੰਦਾ ਵਾ ਅਤੇ ਸਭ ਉੱਥੇ ਬੁਰੇ ਹਾਲ ਨੇ। ਮਾੜਾ ਸਿਰ ਤਾਂ ਟਰੈਕ ਸਹੀ ਹੋਣਾ ਚਾਹੀਦਾ, ਕਿਤੇ ਵੀ ਟਰੈਕ ਹੋਵੇ, ਭਾਵੇਂ ਇੱਥੇ ਹੋਵੇ ਅਤੇ ਭਾਵੇਂ ਕਿਤੇ ਵੀ ਹੋਵੇ। ਇੱਥੇ ਤਾਂ ਡੇਂਗੂ ਦਾ ਹੀ ਬੁਰਾ ਹਾਲ ਆ, ਗਰਮੀ ਵੈਸੇ ਬੜੀ ਆ, ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇਹਨਾਂ ਕੋਲ ਇੰਪਰੂਵਮੈਂਟ ਟਰੱਸਟ ਦੇ ਅੰਡਰ ਹੈ ਜੀ, ਇੰਪਰੂਵਮੈਂਟ ਟਰੱਸਟ ਵਾਲੇ ਮਸ਼ੀਨਾਂ ਇੱਕ ਦੋ ਵਾਰੀ ਲਿਆ ਕੇ ਉਹਨਾਂ ਨੇ ਵੇਖਿਆ, ਉਹਨਾਂ ਕੋਲ ਹੋਇਆ ਕੁਛ ਨਹੀਂ। ਪਾਣੀ ਸਵੇਰੇ ਵੀ ਆਉਂਦਾ ਅਤੇ ਸ਼ਾਮ ਨੂੰ ਵੀ ਸੀਵਰ ਦਾ ਪਾਣੀ ਬੰਦ ਹੁੰਦਾ, ਬਾਥਰੂਮ ਹਾਲਾਂਕੇ ਬੰਦ ਕੀਤੇ ਹੋਏ ਆ, ਫਿਰ ਵੀ ਪਾਣੀ ਇਹਨਾਂ ਕੋਲ ਨਹੀਂ ਕੰਟਰੋਲ ਹੁੰਦਾ ਪਾਉਂਦੇ ਆ। ਪਰ ਮੇਨਟੇਨੈਂਸ ਜਿਹੜੀ ਹੈ ਉਹ ਇੱਕ ਦਿੱਤੀ ਹੋਈ ਹੈ ਜੀ ਇਹਨਾਂ ਨੇ ਈ ਬਲਾਕ ਦੀ ਸੈਟੀ ਨੂੰ, ਪਰ ਨਹੀਂ ਉਹ ਵੀ ਪਾਰਕ ਜ਼ਿਆਦਾ ਵੱਡਾ ਹੈਗਾ, ਇੰਨੀ ਮੇਨਟੇਨੈਂਸ ਪੂਰੀ ਹੋ ਨਹੀਂ ਰਹੀ। ਇਸ ਵੇਲੇ ਅਸੀਂ ਖੜ੍ਹੇ ਹਾਂ ਰਣਜੀਤ ਐਵਨਿਊ ਅੰਮ੍ਰਿਤ ਆਨੰਦ ਪਾਰਕ ਵਿੱਚ, ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ। ਆਪਣੇ ਸਹਿਯੋਗ ਜੀ ਨੂੰ ਕਹਾਂਗੇ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਾਂਝੀਆਂ ਕਰ ਦੇਵੇ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਇਆ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਸੈਰ ਕਰਨ ਵੀ ਆਉਂਦੇ ਆ ਅਤੇ ਲੋਕਾਂ ਨੂੰ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਗੰਦਗੀ ਭਰਿਆ ਮਾਹੌਲ ਹੈ। ਲਗਾਤਾਰ ਮੱਛਰ ਦਾ ਵੀ ਦਿਨ ਆ ਰਹੇ ਹਨ, ਗਰਮੀਆਂ ਦੇ ਦਿਨਾਂ ਵਿੱਚ ਮੱਛਰ ਦੀ ਭਰਮਾਰ ਹੈ, ਗੰਦਗੀ ਫੈਲੀ ਹੋਈ ਹੈ। ਲੋਕ ਇੱਥੇ ਸੈਰ ਕਰਨ ਆਉਂਦੇ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਦੂਰ ਰਹਿਤ ਹੋ ਸਕਣ, ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ, ਪਰ ਲੱਗਦਾ ਹੈ ਜਿਸ ਤਰ੍ਹਾਂ ਇੱਥੇ ਗੰਦਗੀ ਫੈਲੀ ਹੈ ਲੋਕ ਬਿਮਾਰੀਆਂ ਆਪਣੇ ਘਰ ਲੈ ਕੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਸੰਬੰਧਿਤ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਜੋ ਵੀ ਇਸਦੀ ਮੇਨਟੇਨੈਂਸ ਹੈ ਉਸਨੂੰ ਸਹੀ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ
ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਅਤੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬੋਕਸ ਚੁੱਕ ਕੇ ਦੂਸਰੀ ਕੰਪਨੀ ਦੇ ਬੋਕਸ ਲਗਾ ਰਹੇ ਹਨ। ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬੋਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਰਵਾਈਆਂ ਗਈਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਪੂਰੇ ਪੰਜਾਬ ਭਰ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਪੂਰੇ ਦੂਸਰਾ ਸਥਾਨ ਹਾਸਲ ਕੀਤਾ। ਇਸ ਕਾਮਯਾਬੀ ਬਾਰੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੱਤੀ। ਅੰਮ੍ਰਿਤਸਰ ਦੇ ਸਵਾਗਤੀ ਗੇਟ ਯਾਨੀ ਗੋਲਡਨ ਗੇਟ ਦੇ ਨਜ਼ਦੀਕ ਕਈ ਪ੍ਰਸਿੱਧ ਅਧਾਰੇ ਹਨ, ਨਾਲ ਹੀ ਅੰਮ੍ਰਿਤਸਰ ਆਉਣ ਜਾਣ ਵਾਲੀਆਂ ਦੀ ਭਰਮਾਰ ਹੁੰਦੀ ਹੈ। ਸਾਡੀ ਟੀਮ ਵੱਲੋਂ ਗੋਲਡਨ ਗੇਟ ਦੇ ਇੱਕ ਪਾਸੇ ਦਾ ਦੌਰਾ ਕੀਤਾ ਗਿਆ ਜਿੱਥੇ ਕਈ ਸਾਲਾਂ ਤੋਂ ਛੱਪੜ ਅਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ। ਉੱਥੇ ਪੁਲਿਸ ਦਾ ਨਾਕਾ ਵੀ ਲੱਗਾ ਹੁੰਦਾ ਹੈ ਅਤੇ ਉਹ ਵੀ ਗੰਦਗੀ ਭਰੇ ਮਾਹੌਲ ਵਿੱਚ ਡਿਊਟੀ ਕਰਨ ਲਈ ਮਜਬੂਰ ਹਨ। ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਬਿਮਾਰੀਆਂ ਫੈਲਣ ਤੋਂ ਪਹਿਲਾਂ ਇਸ ਥਾਂ ਦੀ ਸਫਾਈ ਹੋਣੀ ਚਾਹੀਦੀ ਹੈ। ਯਹਾਂ ਪਾਣੀ ਬਹੁਤ ਰੋਡ ਪੇ ਜਮਾ ਹੈ, ਇਸੇ ਅਨੇਕ ਤਰ੍ਹਾਂ ਕੀ ਬਿਮਾਰੀ ਹੋ ਸਕਤੀ ਹੈ, ਡੇਂਗੂ ਮਲੇਰੀਆ ਅਨੇ ਤਰ੍ਹਾਂ ਕੀ ਬਿਮਾਰੀ ਹੋ ਸਕਤੀ ਹੈ ਉਤਪੰਨ। ਇਸਕੇ ਲਈ ਸਰਕਾਰ ਕੋ ਮੱਦੇਨਜ਼ਰ ਰੱਖਤੇ ਹੋਏ ਸਾਫ਼ ਸਫਾਈ ਕਰਵਾਉਣਾ ਚਾਹੀਏ ਥਾ। ਲੋਕ ਕੋਈ ਧਿਆਨ ਨਹੀਂ ਦੇ ਰਹੇ, ਪੁਲਿਸ ਵਾਲੇ ਯਹਾਂ ਪਾਣੀ ਕੇ ਨੀਚੇ ਬਗਲ ਮੇ ਖੜਾ ਹੋ ਕੇ ਡਿਊਟੀ ਕਰ ਰਹੇ ਹੈ। ਜਬ ਸੇ ਬਾਰਿਸ਼ ਚਾਲੂ ਹੋ ਅਭੀ ਤੱਕ ਪੂਰਾ ਹੋਆ ਵੀ ਨਹੀਂ, ਅਭੀ ਕਿਤਨਾ ਦਿਨ ਚਾਲੂ, 3-4 ਦਿਨ ਹੋ ਗਿਆ ਯਹਾਂ ਪਹਿਲੇ ਸੇ ਚਾਲੂ। ਬਾਰਿਸ਼ ਕਬ ਸੇ ਚਾਲੂ ਹੈ ਤਬ ਸੇ ਪਹਿਲੇ ਸੇ ਪਾਣੀ ਇਧਰ ਰਸਤਾ ਪੂਰਾ ਬੰਦ ਹੈ, ਘੁੰਮ ਕੇ ਆਉਣਾ ਜਾਣਾ ਪੜਤਾ, ਕਹਾਣੀ ਸੇ ਥੋੜ੍ਹੀ ਹੋਤਾ, ਇਸਕੋ ਬਣਨਾ ਪੜਤਾ, ਰੱਖਣਾ ਪੜਤਾ ਹੈ ਬਣਾ ਕੇ। ਇਹ ਸਾਰਾ ਅੰਮ੍ਰਿਤਸਰ ਹੈਗਾ, ਨਿਊ ਅੰਮ੍ਰਿਤਸਰ ਗੋਲਡਨ ਗੇਟ ਹੈਗਾ ਅਤੇ ਇਹ ਸਾਰਾ ਵੇਖੋ ਕੀ ਏਰੀਆ ਸਾਰਾ ਖਰਾਬ ਹੋਇਆ ਪਿਆ, ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈਗਾ, ਬੜਾ ਮੁਸ਼ਕਲ ਹੈਗਾ। ਸਫਾਈ ਹੋਣੀ ਚਾਹੀਦੀ ਆ, ਫਿਰ ਬਿਮਾਰੀਆਂ ਫੈਲਦੀਆਂ, ਮੱਛਰ ਆਊਗਾ, ਫਿਰ ਮੁੜ ਕੇ ਡੇਂਗੂ ਮਲੇਰੀਆ ਹੋਣਾ ਲੋਕਾਂ ਨੂੰ। ਸਹੀ ਨਹੀਂ ਲੱਗਦਾ ਸਰ, ਸਫਾਈ ਹੋਣ ਵਾਲੀ ਹੈਗੀ, ਸਫਾਈ ਹੋਣੀ ਚਾਹੀਦੀ, ਸਹੀ ਨਹੀਂ ਹੈਗਾ। ਹਾਂਜੀ, ਪੁਲਿਸ ਮੁਲਾਜ਼ਮ ਆ ਸਾਈਡ 'ਤੇ ਖਲੋਤੇ ਹੈਗੇ, ਗੰਦਗੀ ਹੈਗੀ ਸਰ, ਨਹੀਂ ਚੰਗਾ ਲੱਗਦਾ। ਸਰਕਾਰ ਨੂੰ ਇਹ ਅਪੀਲ ਹੈ ਵੀ ਸਫਾਈ ਵੱਲ ਧਿਆਨ ਦਿੱਤਾ ਜਾਵੇ, ਸਾਫ਼ ਸੁਥਰੀ ਰੱਖੀ ਗਈਆਂ, ਟੂਰਿਸਟ ਪਲੇਸ ਹੈਗੀ ਆ। ਬਾਈ ਸੰਦੀਪ ਕੁਮਾਰ ਮੇਰਾ ਨਾਮ ਹੈਗਾ, ਮੈਂ ਕਹਿੰਦਾ ਭਾਅ ਜੀ ਆ ਗੰਦਗੀ ਨੂੰ ਹਟਾਇਆ ਜਾਵੇ, ਇੱਥੇ ਆਪਣੇ ਪੁਲਿਸ ਵਾਲੇ ਭਰਾ ਵੀ ਖੜ੍ਹੇ ਰਹਿੰਦੇ ਹੈਗੇ, ਗੰਦਗੀ ਦਾ ਮਾਹੌਲ ਆ, ਬਿਮਾਰੀਆਂ ਦਾ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈਗਾ। ਮੈਂ ਸਰਕਾਰ ਤੋਂ ਇਹ ਗੁਜ਼ਾਰਿਸ਼ ਕਰੂੰਗਾ ਕਿ ਇਹਦਾ ਭਾਅ ਜੀ ਪੂਰਾ ਨਿਵਾਰਨ ਕੀਤਾ ਜਾਵੇ, ਕਿ ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਕਿ ਕੋਈ ਵੀ ਇੱਧਰੋਂ ਨੰਗੇ ਵੀ ਜਾਂ ਪੁਲਿਸ ਵਾਲੇ ਭਰਾ ਵੀ ਆਪਣੇ ਖੜ੍ਹੇ ਰਹਿੰਦੇ 24 ਘੰਟੇ 'ਤੇ ਡਿਊਟੀ ਦਿੰਦੇ ਆ, ਉਹਨਾਂ ਦਾ ਵੀ ਭਲਾ ਹੋਏ ਤਾਂ ਸਾਰਿਆਂ ਦਾ ਭਲਾ ਹੋ ਸਕਦਾ ਹੈ। ਇਸ ਕਰਕੇ ਮੈਂ ਸਰਕਾਰ ਤੋਂ ਗੁਜ਼ਾਰਿਸ਼ ਕਰਦਾ ਕਿ ਜਲਦੀ ਤੋਂ ਜਲਦੀ ਇਹਨੂੰ ਸਾਫ਼ ਕੀਤਾ ਜਾਵੇ ਅਤੇ ਵਧੀਆ ਪਰਿਵਾਰ ਬਣਾਇਆ ਜਾਵੇ ਕਿ ਜਿੰਨਾ ਪਾਣੀ ਪੂਣੀ ਨਾ ਖੜ੍ਹਾ ਹੋਏ ਇੱਥੇ, ਮੈਂ ਇਹੀ ਕਹਿਣਾ ਚਾਹੁੰਦਾ ਜੀ। ਇਸ ਵੇਲੇ ਅਸੀਂ ਗੋਲਡਨ ਗੇਟ ਨਜ਼ਦੀਕ ਮੌਜੂਦ ਹਾਂ ਜਿੱਥੇ ਕਿ ਅਸੀਂ ਅੱਜ ਪਹੁੰਚੇ ਹਾਂ ਡੇਂਗੂ, ਚਿਕਨ ਗੁਣੀਆ ਅਤੇ ਮਲੇਰੀਏ ਦੇ ਘਰ। ਇਸ ਤਰ੍ਹਾਂ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਹਾਲਾਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਕਈ ਸਾਲਾਂ ਤੋਂ ਪਾਣੀ ਜਿਹੜਾ ਹੈ ਉਹ ਸੜਕ 'ਤੇ ਮੌਜੂਦ ਹੈ, ਪਰ ਨਗਰ ਨਿਗਮ PWD ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਵੱਲੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਰਾਹਗੀਰ ਪਰੇਸ਼ਾਨ ਹੋ ਰਹੇ ਨੇ ਅਤੇ ਲੋਕਾਂ ਨੇ ਸਿਰਫ ਇਹੀ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਇਸ ਵੱਲ ਜ਼ਰੂਰ ਧਿਆਨ ਦੇਵੇ ਤਾਂ ਜੋ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ, ਫਾਸਟਵੇ ਨਿਊਜ਼, ਅੰਮ੍ਰਿਤਸਰ। ਕਿਸਾਨਾਂ ਮਜ਼ਦੂਰਾਂ ਨਾਲ ਸੰਬੰਧਿਤ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਦੇਸ਼ ਦੀਆਂ 200 ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼। ਅੱਜ 146ਵੇਂ ਦਿਨ ਵੀ ਵੱਖ ਵੱਖ ਥਾਵਾਂ 'ਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਭਾਰੀ ਬੰਦਿਸ਼ਾਂ ਕਾਰਨ ਜਾਰੀ ਹੈ। ਇਸ ਤਹਿਤ ਅੰਦੋਲਨ ਦੀ ਅਗਵਾਈ ਕਰ ਰਹੇ ਦੋਵਾਂ ਮੰਚਾਂ ਵੱਲੋਂ ਤੈਅ ਪ੍ਰੋਗਰਾਮ ਤਹਿਤ ਦੇਸ਼ ਦੇ 12 ਸੂਬਿਆਂ ਦੇ ਗੈਰ ਭਾਜਪਾ ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ। ਦੇਖੋ, ਅੱਜ ਕਿਸਾਨ ਮਜ਼ਦੂਰ ਮੋਰਚਾ SKM ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ
ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ NDA ਦਾ ਗਠਜੋੜ ਆ ਉਹਨੂੰ ਅਤੇ ਇਹ ਤੋਂ ਅਗਾਂਹ ਇੰਡੀਆ ਗਠਜੋੜ ਉਹਨੂੰ ਦਿੱਤੇ ਗਏ ਆ ਭਾਜਪਾ ਦੇ 240 MPਾਂ ਨੂੰ ਛੱਡ ਕੇ। ਪੰਜਾਬ ਵਿੱਚ ਤੁਹਾਨੂੰ ਪਤਾ ਭਾਜਪਾ ਦਾ ਕੋਈ MP ਨਹੀਂ ਹੈਗਾ, ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ MP ਆ, ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ। ਇਹਨਾਂ ਦੀਆਂ ਮੰਗਾਂ ਹੈ ਉਹ ਪੂਰੀਆਂ ਹੋਣੀਆਂ ਚਾਹੀਦੀਆਂ, ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ। ਜਦੋਂ ਵੀ ਇਹ ਜਿੱਥੇ ਮਰਜ਼ੀ ਧਰਨਾ ਲਾਉਣ, ਮੇਰੇ ਕੋਲ ਭਾਵੇਂ ਤੁਰਿਆ ਫਿਰਿਆ ਨਹੀਂ ਜਾਂਦਾ, ਮੈਂ ਧਰਨੇ 'ਚ ਵਿੱਚ ਬੈਠੂੰਗੀ ਕਿਉਂਕਿ ਮੈਂ ਵੀ ਕਿਸਾਨ ਹਾਂ। ਨਾਲੇ ਭੰਦੇਰ ਉਹਨਾਂ ਨੂੰ ਮੈਂ ਇਹ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਹਾਂ, ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚ ਦੀ ਔਰਤ ਹਾਂ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦਾ ਜੋ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਉਸ ਲਈ ਯੋਗ ਕਿਸਾਨ ਆਪਣੇ SDM ਦਫ਼ਤਰ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਟਪਾਈ ਰੋਡ ਵਿਖੇ ਸੜਕ ਦੀ ਹਾਲਤ ਵੱਧ ਤੋਂ ਬਦਤਰ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਸ਼ਕਿਲ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਮੈਂ ਪੱਛਮੀ ਹਲਕੇ ਤੋਂ ਵਾਰਡ ਨੰਬਰ 72 ਦੇ ਵਿੱਚ ਬੋੜੀ ਸਾਹਿਬ ਰੋਡ ਹੈਗਾ ਸਰ, ਪੰਨੂ ਚੌਂਕ ਤੋਂ ਲੈ ਕੇ ਬੋੜੀ ਸਾਹਿਬ ਤੱਕ ਇਹ ਨਵੀਂ ਸੜਕ 72 ਨੰਬਰ ਅਤੇ 74 ਦੇ ਵਿੱਚ ਹੈਗੀ ਆ। ਇਹਨੂੰ ਬਣਾਉਣ ਦੇ ਵਿੱਚ ਜਦੋਂ ਜਹਿਦ ਬਹੁਤ ਸਾਰੀ ਲਗਾਈ ਗਈ ਔਰ ਜਦੋਂ ਬਣ ਕੇ ਸੜਕ ਤਿਆਰ ਹੋ ਗਈ 30 ਸਾਲ ਬਾਅਦ, 30 ਸਾਲਾਂ ਤੱਕ ਇਹ ਪ੍ਰੋਸੀਜਰ ਚੱਲਦਾ ਰਿਹਾ, ਉਦੋਂ ਸਰਕਾਰ ਨੂੰ ਇਹ ਨਹੀਂ ਯਾਦ ਆਇਆ ਸੀ ਕਿ ਇਹਦੇ ਵਿੱਚ ਮਤਲਬ ਸਾਨੂੰ ਕੋਈ ਪਾਈਪ ਲਾਈਨ ਪਾਉਣੀ ਹੈ, ਕੋਈ ਮੋਟੇ ਸੀਵਰੇਜ ਪਾਉਣੇ ਆ ਕਿ ਨਹੀਂ। ਜਦੋਂ ਇਹ ਸੜਕ ਬਣਾ ਕੇ ਕੰਪਲੀਟ ਕੀਤੀ ਗਈ, ਫੁੱਟਪਾਥ ਇਹਦੇ ਬਣਾਏ ਗਏ, ਉਸ ਤੋਂ 6 ਮਹੀਨੇ ਬਾਅਦ ਇਹਨਾਂ ਨੇ ਦੁਬਾਰੇ ਇਹਦਾ ਟੈਂਡਰ ਪਾਸ ਕਰਕੇ ਅਤੇ ਐਸਟੀਮੇਟ ਦੇ ਕੇ ਆਪਣੇ ਜੋ ਵੀ ਠੇਕੇਦਾਰ ਨੇ ਜਿਨ੍ਹਾਂ ਨੇ ਇਹ ਕੁਛ ਕੀਤਾ, ਬਹੁਤ ਸਾਰਾ ਸਾਡਾ ਦੁਰਭਰ ਕੀਤਾ ਹੋਇਆ, ਬਦਤਰ ਕੀਤੇ ਹੋਏ ਹਾਲਾਤ, ਇੰਨਾ ਸਾਰਾ ਰੁਪਈਆ ਆਇਆ, ਸਭ ਰੁਪਈਆ ਜਿੰਨਾ ਲੱਗਾ ਘੱਟ ਤੋਂ ਘੱਟ 52 ਲੱਖ ਰੁਪਇਆ ਦਾ ਜਿਹੜਾ ਐਸਟੀਮੇਟ ਸੀ ਉਹ ਸਾਰਾ ਮਲੀਆ ਮੇਟ ਕਰਕੇ ਰੱਖਤਾ। ਦੁਬਾਰਾ ਇਹਦਾ ਸਾਰਾ ਕੁਛ ਹੁਣ ਬਣਾਉਣ 'ਤੇ ਮਜਬੂਰ ਕਰਤਾ ਅਤੇ ਸਾਨੂੰ ਲੰਘਣ 'ਤੇ ਮਜਬੂਰ ਕਰਤਾ ਵਾ। ਬੇਨਤੀ ਹੈ ਸਰਕਾਰ ਦੇ ਅੱਗੇ ਕਿ ਇਸ ਇਲਾਕੇ ਨੂੰ ਸੁਧਾਰਿਆ ਜਾਵੇ। ਸਰ ਹਾਲਾਤ ਤਾਂ ਚਿੱਕੜ ਬਹੁਤ ਹੈ, ਬਾਰਿਸ਼ ਕਰਕੇ ਖਰਾਬ ਹੁੰਦਾ ਇਲਾਕਾ, ਅਤੇ ਪ੍ਰੇਮ ਨਗਰ ਬੋੜੀ ਸਾਹਿਬ ਰੋਡ ਇਲਾਕਾ ਹੈਗਾ, ਸੀਵਰ ਜਿਹੜੇ ਹੁਣ ਪੁੱਟੀ ਹੈ ਸੜਕ ਉਹਦੇ ਕਰਕੇ ਜ਼ਿਆਦਾ ਹੋ ਰਿਹਾ। ਪ੍ਰੇਮ ਨਗਰ ਇਲਾਕਾ ਸਰ ਹਾਲਾਤ ਬਹੁਤ ਮਾੜੇ, ਇੱਦਾਂ ਦੇ ਚਿੱਕੜ ਹੀ ਚਿੱਕੜ ਸਾਰੇ ਪਾਸੇ ਆਇਆ ਪਿਆ, ਨਾ ਲੰਘਣ ਦਾ ਰਸਤਾ। ਕਦੋਂ ਦਾ ਬਰਸਾਤ ਨਾਲ ਸੜਕਾਂ ਪੁੱਟੀਆਂ ਪਈਆਂ ਨਾਲ? ਇਹ ਸੜਕਾਂ ਦਾ ਇਹ ਕੰਮ ਚੱਲ ਰਿਹਾ ਸੀ, ਹਾਲੇ ਵੀ ਚੱਲ ਰਿਹਾ, ਜਲਦੀ ਹੋ ਜਾਏਗਾ ਕੰਮ। ਗੁਰਦੁਆਰਾ ਬੋੜੀ ਸਾਹਿਬ ਨੂੰ ਜਾਣ ਵਾਲੀ ਰੋਡ ਜਿਸ ਦਾ ਹਾਲ ਪੂਰਾ ਨਰਕ ਭਰਿਆ ਬਣਿਆ ਪਿਆ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਹਨੂੰ ਮਜਬੂਰ ਨੇ। ਕਾਰਨ ਹੈ ਕਿ ਜਗ੍ਹਾ ਜਗ੍ਹਾ ਤੇ ਟੋਏ ਵੀ ਨੇ, ਮਿੱਟੀ ਦੇ ਚਿੱਕੜ ਦੇ ਹਾਲ ਪੂਰੇ ਬਣੇ ਪਏ, ਬੁੜੇ ਹਾਲ ਤੇ ਬੰਕੇ ਦਿਹਾੜੇ ਬਣੇ ਪਏ ਨੇ। ਜੇ ਕੋਈ ਐਂਬੂਲੈਂਸ ਆ ਜਾਵੇ ਤੇ ਪੂਰੀ ਇਲਾਕੇ ਤੱਕ, ਘਰ ਤੱਕ ਬਿਲਕੁਲ ਪਹੁੰਚ ਨਹੀਂ ਪਾਉਂਦੀ ਤੇ ਲੋਕਾਂ ਦੀ ਇੱਕੋ ਹੀ
ਅਪੀਲ ਹੈ ਪ੍ਰਸ਼ਾਸਨ ਨੂੰ ਕਿ ਜੇ ਸਰਕਾਰ ਸਮਾਰਟ ਸਿਟੀ ਦੀ ਗੱਲ ਕਰਦੀ ਹੈ ਉਹ ਕਾਗਜ਼ਾਂ 'ਚ ਨਾ ਰੱਖੇ, ਬਲਕਿ ਉਹਨਾਂ ਨੂੰ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਸਾਡੇ ਕੈਮਰੇ ਰਾਹੀਂ ਦਿਖਾਈਆਂ ਜਾ ਰਹੀਆਂ ਕਿ ਦੇਖੋ ਕਿੰਨੀ ਕੁ ਸਮਾਰਟ ਸਿਟੀ ਬਣੀ ਹੈ, ਅਤੇ ਸਰਕਾਰਾਂ ਨੂੰ ਸਿਰਫ ਗੱਲਾਂ ਜਾਂ ਹਵਾਈ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਕਿਤੇ ਅਮਲੀ ਜਾਮਾ ਵੀ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਜਿਹੜੀ ਦੁਸ਼ਵਾਰ ਜਿਹੜੀ ਹੋ ਰਹੀ ਹੈ ਉਹ ਨਾ ਹੋਵੇ, ਅਤੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਦੇ ਵਿੱਚ ਕੋਈ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ, ਅਤੇ ਇਸ ਢਪਾਈ ਰੋਡ ਵਾਲੀ ਜਿਹੜੀ ਗੁਰਦੁਆਰਾ ਬੋੜੀ ਸਾਹਿਬ ਨੂੰ ਜਾਣ ਵਾਲੀ ਸੜਕ ਹੈ ਕਿੰਨੀ ਕੁ ਜਲਦੀ ਬਣਾਈ ਜਾਂਦੀ ਹੈ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੀਤੀ ਆਯੋਗ ਦੁਆਰਾ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਦਾ ਦੂਜਾ ਸਮਾਗਮ ਹਰਸ਼ਾ ਛੀਨਾ ਬਲਾਕ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਸਹਾਇਕ ਕਮਿਸ਼ਨਰ ਸੋਨਮ ਨੇ ਕਿਹਾ ਕਿ ਸੰਪੂਰਨਤਾ ਅਭਿਆਨ ਦਾ ਮੁੱਖ ਟੀਚਾ ਸਿਹਤ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਟਿਕਾਊ ਅਤੇ ਬਰਾਬਰੀ ਵਾਲੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਨਿਊ ਅੰਮ੍ਰਿਤਸਰ ਵਿਖੇ ਨਵ ਨਿਰਮਾਣ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਵੈਸ਼ਨੋ ਮਾਤਾ, ਬਜਰੰਗ ਬਲੀ, ਗਣੇਸ਼ ਜੀ, ਸ਼ਿਵਾਲਾ, ਸ਼ਨੀ ਮਹਾਰਾਜ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਦੁਰਗਿਆਨਾ ਤੀਰਥ ਦੀ ਹਰਕੀ ਪੌੜੀ ਤੋਂ ਕਲਸ਼ ਭਰ ਕੇ ਨਿਊ ਅੰਮ੍ਰਿਤਸਰ ਨਵ ਨਿਰਮਾਣ ਮੰਦਿਰ ਲੈ ਕੇ ਗਏ, ਜਿੱਥੇ ਉਹਨਾਂ ਦੀ ਪੂਜਾ ਅਰਚਨਾ ਕੀਤੀ ਜਾਵੇਗੀ। ਅੱਜ ਭਗਵਾਨ ਲਕਸ਼ਮੀ ਨਾਰਾਇਣ ਜੀ ਦੀ ਅਪਾਰ ਕਿਰਪਾ ਦੇ ਨਾਲ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਾਡਾ ਨਵ ਨਿਰਮਾਣ ਮੰਦਿਰ ਹੋ ਰਿਹਾ ਹੈ, ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ, ਉਸ ਦੇ ਅੱਜ 5 ਵਿਗ੍ਰਹਿ ਜਿਹੜੇ ਹੈ, ਵੈਸ਼ਨੋ ਮਾਤਾ ਜੀ, ਬਜਰੰਗ ਬਲੀ ਜੀ, ਭਗਵਾਨ ਸ਼ੰਕਰ, ਸ਼ਿਵਾਲਾਪੁਰਾ ਔਰ ਆਪਣੇ ਗਣੇਸ਼ ਜੀ ਮਹਾਰਾਜ ਔਰ ਸ਼ਨੀ ਮਹਾਰਾਜ, ਇਹਨਾਂ ਦੇ ਵਿਗ੍ਰਹਿ ਜਿਹੜੇ ਹੈ ਅੱਜ ਤੋਂ ਵਿਧੀ ਪੂਰਵਕ ਜਿਹੜਾ ਹੈ ਉਹਨਾਂ ਦੇ ਪ੍ਰਾਣ ਪ੍ਰਤਿਸ਼ਠਾ ਦੇ ਕਾਰਜਕ੍ਰਮ ਸ਼ੁਰੂ ਹੋਣ ਵਾਲੇ ਹੈ। ਇਹ ਸਭ ਸਾਡੀਆਂ ਜਿਹੜੇ ਨਿਊ ਅੰਮ੍ਰਿਤਸਰ ਦੀਆਂ ਵਿਸ਼ੇਸ਼ਕਰ ਭੈਣਾਂ ਨੇ ਉਹਨਾਂ ਦੇ ਪਿਛਲੇ 10 ਸਾਲ ਦੀ ਜਿਹੜੀ ਨਾਮ ਸਿਮਰਨ ਦੀ ਤਪੱਸਿਆ ਹੈ ਉਸ ਦੇ ਕਾਰਨ ਫਲੀਭੂਤ ਹੋਇਆ ਹੈ। ਔਰ ਅੱਜ ਤੋਂ ਇਹ ਸਾਰੀਆਂ ਭੈਣਾਂ ਜਿਹੜੀਆਂ ਹੈ ਵਰਤ ਵੀ ਕਰ ਰਹੀਆਂ, ਸਾਰੇ ਪਰਿਵਾਰ ਵਰਤ ਕਰ ਰਹੇ ਨੇ, ਔਰ ਇਹ ਜਿਹੜੇ ਨੇ ਅੱਜ ਇੱਥੋਂ ਹਰਕੀ ਪੌੜੀ ਤੋਂ ਜਲ ਅੰਮ੍ਰਿਤ ਭਰ ਕੇ ਤੇ ਕਲਸ਼ ਲੈ ਕੇ ਤੇ ਅੱਜ ਤੋਂ ਪੂਜਨ ਸ਼ੁਰੂ ਹੋਣਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਗੁਰਬਖਸ਼ ਨਗਰ ਦੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ, ਨਿਗਮ ਖਿਲਾਫ ਕੀਤੀ ਨਾਅਰੇਬਾਜ਼ੀ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਫਨਲੈਂਡ ਆਪਣੇ ਬੱਚੋ ਕੋ ਨੇਚਰ ਕਾ ਅਨੁਭਵ ਔਰ ਰਾਈਡਸ ਕਾ ਫਨ ਦੀਜੀਏ, ਆਈਏ ਕੰਪਨੀ ਬਾਗ ਮੇ ਸਭ ਕੇ ਮਨਪਸੰਦ ਫਨਲੈਂਡ ਮੇ ਔਰ ਮਜ਼ੇ ਲੀਜੀਏ ਬੇਸ਼ੁਮਾਰ ਰਾਈਡਸ, ਬੋਟਿੰਗ, ਰੈਸਟੋਰੈਂਟ, ਹਾਰਸ ਰਾਈਡਿੰਗ, ਆਰਟੀਫਿਸ਼ਲ ਜ਼ੂ, ਡਾਂਸ ਔਰ ਬਹੁਤ ਸਾਰੀ ਐਕਸਾਈਟਿੰਗ ਐਕਟੀਵਿਟੀਜ਼ ਕਾ ਐਂਟਰੀ ਸਿਰਫ 5 ਰੁਪਏ ਸੇ ਸ਼ੁਰੂ।
fun land in your city, unlimited fun. तुझे देखा हुआ पागल पागल तेरी बॉडी जैसे बॉटल बॉटल पासा जाने जा बन मेरी यामाहा लम्मे हिट द थ्रॉटल लेट मी मेक यू मूव मेक यू मूव कम बैड बॉय बेबी बंद थोड़ा क्रैक जान लेवा रे जो मेरा स्वैग लेट मी मेक यू मूव लेट मी मेक यू मूव जानलेवा रेजर मेरा स्वैग है ब्रेक तो बाद एक बार फिर तुहाडा स्वागत है वार्ड नंबर 57 गुरबख्श नगर दे लोग सीवरेज ते गंदे पानी तो परेशान है क्योंकि सीवरेज का गंदा पानी गलियां विच घूम रहा है जगह जगह कूड़े दे ढेर लगे हुए हैं जिस नाल बीमारियां फैल रही हैं इलाका वासियां वालों निगम खिलाफ नारेबाजी करते आख्या क्या कि उन्होंने कई बार शिकायतें कीतियां हैं पर कोई सुनवाई नहीं हो रही इसलिए जल्द इस समस्या का हल किया जाए मैं सरबजीत सिंह लाठी साहब का कौंसलर हाँ यह जो आप एरिया जिथे आप खड़े हाँ यह गली पूड़िया वाली है गली नंबर 2 गुरबख्श नगर की एक कली ऐसे गली दे विच प्रॉब्लम नहीं सीवरेज ब्लॉक की सारी वार्ड का ही बेड़ा गर्क हो गया उदों सवेरे अफसरों नूं फोन करके काम कही दा तो शाम तक काम कंप्लीट करके सानू दस दे कि साडा काम हो गया पर अज हुण मैं एक साल तो नगर निगम के कमिश्नर साहब नूं एक्सीएन नूं एसडीओ नूं जेई नूं बार बार बेनती करके वट्सएप के उपर मैसेज करदा हां कि सर साडे वार्ड का बड़ा बुरा हाल आ ਜਿਹੜਾ ਸਾਡਾ 3640 ਦਾ ਸੀਵਰੇਜ ਮੇਨ ਢਪਈ ਰੋਡ ਜਿਹਦਾ ਸਾਰੇ ਏਰੀਆ ਦਾ ਪਾਣੀ ਡਿਸਚਾਰਜ ਸਾਰਾ ਉੱਧਰ ਨੂੰ ਜਾਂਦਾ ਹੈ ਇੱਕ ਸਾਲ ਤੋਂ ਬਿਲਕੁਲ ਬੰਦ ਪਿਆ ਬਲੋਕ ਪਿਆ ਵਾ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਗਲੀ ਤੁਸੀਂ ਵੇਖਦੇ ਪਏ ਜੇ ਕਿ ਪਾਣੀ ਖੜਾ ਵਾ ਇਹੋ ਜਿਹੀਆਂ ਗਲੀਆਂ ਤੁਹਾਨੂੰ ਮੈਂ 10 ਵਿਖਾ ਦਿਆਂਗਾ ਜਿਸ ਤਰ੍ਹਾਂ ਰਿੰਗ ਢੱਕਣ ਹੁਣੇ ਆਪਾਂ ਇੱਕ ਜਗ੍ਹਾ 'ਤੇ ਮੈਂ ਗੁਰਦੁਆਰਾ ਮੰਦਰ ਮੇਰੇ ਏਰੀਏ ਦੇ ਵਿੱਚ ਦੋਨੇ ਮੰਦਰ ਨੇ ਲੋਕ ਹਨੇਰੇ ਸਵੇਰੇ ਉੱਥੇ ਆਉਂਦੇ ਆ ਉਹ ਰਿੰਗ ਢੱਕਣ ਟੁੱਟੇ ਪਏ ਆ ਨਾ ਇਹਨਾਂ ਕੋਲ ਰਿੰਗ ਢੱਕਣ ਟੁੱਟ ਜਿਹੜੇ ਟੁੱਟੇ ਨੇ ਉਹ ਬਦਲੇ ਜਾ ਰਹੇ ਆ ਨਾ ਹੀ ਕੋਈ ਜਿੱਥੇ ਕੋਈ ਤਾਰਾਂ ਸੜ ਜਾਂਦੀਆਂ ਨੇ ਸਟੀਲ ਹੈਡ ਤਾਰ ਸੜ ਜਾਂਦੀ ਹੈ ਜਾਂ ਤਾਰਾਂ ਵੱਲੋਂ ਕਹੀਦਾ ਕਿ ਸਰ ਤਾਰਾਂ ਲਿਆ ਕੇ ਪਾਈਏ ਇਹਦੇ ਵਿੱਚ ਰਾਤੀ ਹਨੇਰਾ ਹੋ ਜਾਂਦਾ ਵਾ ਲੋਕਾਂ ਨੇ ਆਉਣਾ ਜਾਣਾ ਪਰ ਇਹਨਾਂ ਕੋਲ ਤਾਰ ਵੀ ਕੋਈ ਚੇਂਜ ਨਹੀਂ ਬੇੜਾ ਹੀ ਗਰਕ ਹੋ ਗਿਆ ਵਾ ਨਾ ਇੱਥੇ ਕੂੜੇ ਦੀ ਇੰਨੀ ਉਹੋ ਜਿਹੀ ਲਿਫਟਿੰਗ ਹੋ ਰਹੀ ਆ ਡੰਪ ਬਣ ਗਿਆ ਝਬਾਲ ਰੋਡ ਦੇ ਉੱਪਰ ਸਾਡਾ ਦੂਜਾ ਡੰਪ ਬਣ ਗਿਆ ਲੋਕਾਂ ਦੇ ਆਵਾਜਾਈ ਇੱਥੋਂ ਇੰਨੀ ਕੁ ਪਰੇਸ਼ਾਨ ਹੋ ਗਈ ਆ ਲੋਕ ਬੱਚੇ ਬਿਮਾਰ ਹੋ ਰਹੇ ਛੋਟੇ ਛੋਟੇ ਆ ਬੱਚੇ ਆ ਤੁਸੀਂ ਵੇਖ ਲਓ ਆ ਜਵਾਕ ਜਿਹੜੇ ਭੈਣਾਂ ਨੇ ਚੁੱਕੇ ਆ ਸਾਰਾ ਗੁਰਬਖਸ਼ ਨਗਰ ਗਲੀ ਨੰਬਰ 2 ਪੁੜੀਆਂ ਵਾਲੀ ਅਤੇ ਇੱਥੇ ਸੀਵਰੇਜ ਇੱਕ ਨਾਲਿਆ ਬੰਦ ਪਏ ਅਤੇ ਇੱਥੇ ਮੁਰਗੀ ਬਿਮਾਰੀਆਂ ਦਾ ਘਰ ਹੀ ਪਾਉਂਦੇ ਆ ਕਿਸਾਨ ਨਾਲ ਅਤੇ ਕਾਰਪੋਰੇਸ਼ਨ ਤੋਂ ਉੱਤੇ ਚਾਹੀਦਾ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆਪਾਂ ਆਹੀ ਚਾਹੁੰਦੇ ਕਿ ਸਾਡੀ ਸੁਣਵਾਈ ਹੋਏ ਆ ਪਾਣੀ ਸੀਵਰ ਬੰਦ ਹੋਏ ਪਏ ਨੇ ਕੀ ਕਰੀਏ ਬਹੁਤ ਗੰਦਗੀ ਆ ਇੱਥੋਂ ਕੀ ਹੱਲ ਕਰੇ ਸਰਕਾਰ ਕਰੇ ਕੋਈ ਇਹਦਾ ਹੱਲ ਗਲੀ ਨੰਬਰ 2 ਪੂੜੀਆਂ ਵਾਲੀ ਗਲੀ ਇਹਦੇ 'ਚ ਰਹਿ ਰਹੇ ਹਾਂ ਸਾਡੀ ਸਮੱਸਿਆ ਹੈ ਵੀ ਅਸੀਂ ਸਾਡੀ ਗਲੀ 'ਚ ਸੀਵਰੇਜ ਬੰਦ ਹੀ ਰਹਿੰਦੇ ਹਰ ਟਾਈਮ ਅਤੇ ਕਿੰਨੀ ਵਾਰੀ ਕੰਪਲੇਂਟ ਕੀਤੀ 2 ਨੰਬਰ ਜੋਨ 'ਚ ਗਏ ਆ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਮੱਸਿਆ ਗੁਰਬਖਸ਼ ਨਗਰ ਜੀ ਗਲੀ ਨੰਬਰ 2 ਤੁਸੀਂ ਦੇਖ ਹੀ ਰਹੇ ਹੋ ਹਜੇ ਇੱਕ ਬਰਸਾਤ ਨਹੀਂ ਹੋਈ ਦੇਖੋ ਕਿਵੇਂ ਛੱਪੜ ਬਣ ਗਿਆ ਜੇ ਉਸ ਤੋਂ ਪਹਿਲੇ ਵੀ ਇਹ ਗਲੀ 'ਚ ਨਾ ਸੀਵਰੇਜ ਬੰਦ ਹੀ ਰਹਿੰਦੇ ਆ ਗੰਦਾ ਪਾਣੀ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਜੀ ਇਸ ਇਲਾਕੇ 'ਚ ਤਕਰੀਬਨ ਬਿਲਕੁਲ ਜਿਹੜੇ ਢੱਕਣੇ ਆ ਉਹ ਵੀ ਟੁੱਟੇ ਪਏ ਜੇ ਸੀਵਰ ਬਲੋਕ ਹੋਏ ਸਾਰੇ ਪਏ
ਕੋਈ ਸੁਣਵਾਈ ਨਹੀਂ ਹੋ ਰਹੀ। ਕਾਰਪੋਰੇਸ਼ਨ ਜਾਈਦਾ, ਸਾਰੇ ਕੰਪਲੇਂਟ ਦਿੰਦੇ ਆ ਗਲੀ ਵਾਲੇ, ਉਹ ਕੁਛ ਨਹੀਂ ਸੁਣਵਾਈ ਦਿੰਦੇ ਪਏ ਜੀ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜਲਦੀ ਜਲਦੀ ਸਾਡਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਵਾਰਡ ਨੰਬਰ 57 ਗੁਰਬਖਸ਼ ਨਗਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਇਲਾਕੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ, ਸੀਵਰੇਜ ਬੰਦ ਪਿਆ ਹੋਇਆ, ਗੰਦਗੀ ਦੀ ਭਰਮਾਰ ਹੈ, ਕੂੜੇ ਦੇ ਢੇਰ ਲੱਗੇ ਹੋਏ ਨੇ, ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ, ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਲੋਕਾਂ ਨੇ ਰੋਸ ਜਤਾਉਂਦੇ ਹੋਏ ਆਖਿਆ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ, ਫਾਸਟ ਵੇ ਨਿਊਜ਼, ਅੰਮ੍ਰਿਤਸਰ। ਸੰਵਾਦ ਸਹਿਯੋਗ ਜਾਗਰਣ ਅੰਮ੍ਰਿਤਸਰ ਦੇ ਸਹਿਯੋਗ ਨਾਲ ਸੰਗਤਾਂ ਨੇ ਭਗਵਾਨ ਸ਼੍ਰੀ ਜਗਨਨਾਥ ਦਾ ਰਥ ਖਿੱਚਿਆ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਇਸਕੋਨ ਮੰਦਿਰ ਵਰਿੰਦਾਵਨ ਗਾਰਡਨ ਤੋਂ ਕੱਢੀ ਗਈ। ਇਸ ਮੌਕੇ ਤਰੁਣ ਚੁੱਗ, ਪੀਏ ਰਾਜੇਸ਼ ਮਹਿਤਾ, ਸਵਾਮੀ ਨਾਰਾਇਣ, ਪ੍ਰਭੂ ਹਰੀ ਕਿਰਪਾ, ਪ੍ਰਭੂ ਸ਼ਿਆਮਾਨੰਦ, ਚੇਅਰਮੈਨ ਸੰਜੀਵ ਖੰਨਾ, ਚੇਅਰਮੈਨ ਪੱਪੂ ਪਾਟੀਆ, ਲਾਲੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਭਗਵਾਨ ਜਗਨਨਾਥ ਦੀ ਯਾਤਰਾ ਹਜ਼ਾਰੋਂ ਸਾਲਾਂ ਤੋਂ ਚੱਲੀ ਆ ਰਹੀ ਹੈ ਔਰ ਜਗਨਨਾਥਪੁਰੀ ਮੇਂ ਭਗਵਾਨ ਜਗਤ ਕੇ ਨਾਥ ਹਰ ਸਾਲ ਆਪਣੇ ਮੰਦਿਰ ਸੇ ਬਾਹਰ ਆਕਰ ਰਥ ਪਰ ਬੈਠ ਕਰ ਸਭੀ ਭਕਤੋਂ ਪੇ ਕਿਰਪਾ ਕਰਕੇ ਹਮਕੋ ਦਰਸ਼ਨ ਦੇਤੇ ਹੈ। ਉਸੀ ਕੇ ਉਪਲਕਸ਼ ਮੇਂ ਆਜ ਪੂਰੇ ਵਿਸ਼ਵ ਮੇਂ, ਅੰਮ੍ਰਿਤਸਰ ਨਹੀਂ ਪੂਰੇ ਵਿਸ਼ਵ ਮੇਂ, ਪੂਰੇ ਵਰਲਡ ਮੇਂ ਇਹ ਰਥ ਯਾਤਰਾ ਨਿਕਾਲੀ ਜਾ ਰਹੀ ਹੈ ਔਰ ਇਸਕਾ ਸ਼੍ਰੇਯ ਹਮਾਰੇ ਦਾਦਾ ਗੁਰੂ ਸ਼੍ਰੀ ਪ੍ਰਭੂਪਾਦ ਜੀ ਕੋ ਜਾਤਾ ਹੈ। ਪ੍ਰਭੂਪਾਦ ਜੀ ਕਿਰਪਾ ਸੇ ਆਜ ਹਮ ਯਹਾਂ ਪਰ ਰਥ ਯਾਤਰਾ ਨਿਕਾਲ ਰਹੇ ਹੈ। ਭਗਵਾਨ ਜਗਨਨਾਥ ਜਿਹੜੇ ਨੇ ਕਲਯੁੱਗ ਦੇ ਨਾਥ ਨੇ, ਕਲਯੁੱਗ ਦੇ ਭਗਵਾਨ ਨੇ, ਕਿਉਂਕਿ ਭਗਵਾਨ ਕ੍ਰਿਸ਼ਨ ਦੇ ਬਾਰੇ ਵੀ ਇਹੋ ਹੀ ਕਿਹਾ ਗਿਆ, ਸਹੀ ਗੌਰ, ਸਹੀ ਕ੍ਰਿਸ਼ਨ, ਸਹੀ ਜਗਨਨਾਥ। ਜਗਨਨਾਥ ਜੀ ਦੇ ਇੱਕ ਵਾਰੀ ਦਰਸ਼ਨ ਕਰਨ ਦੇ ਨਾਲ ਸਾਡੇ ਸਾਰੇ ਜਨਮਾਂ ਦੇ ਪਾਪ ਜਿਹੜੇ ਹੈਗੇ ਨੇ ਉਹ ਖਤਮ ਹੋ ਜਾਂਦੇ ਨੇ। ਇਹਨਾਂ ਦੇ ਰੱਥ ਦਾ ਰੱਸਾ ਖਿੱਚਣ ਦੇ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ। ਜਗਨਨਾਥ ਜੀ ਸਾਡੇ 'ਤੇ ਕਿਰਪਾ ਕਰਨ ਵਾਸਤੇ ਇੱਕ ਸਾਲ ਬਾਅਦ ਆਪਣੇ ਰੱਥ 'ਤੇ ਸਵਾਰ ਹੋ ਕੇ ਸਾਨੂੰ ਸਾਰਿਆਂ ਨੂੰ ਦਰਸ਼ਨ ਦੇਣ ਵਾਸਤੇ ਆਉਂਦੇ ਨੇ। ਜਗਨਨਾਥ ਜੀ ਅੱਜ ਹਮ ਸਭ ਪਰ ਕਿਰਪਾ ਕਰਨ ਕੇ ਲਈ ਬਾਹਰ ਆਏ ਹੈ, ਸਾਥ ਮੇਂ ਬਲਭਦਰ ਵੀ ਔਰ ਉਨਕੀ ਬਹਿਨ ਸੁਭਦਰਾ ਵੀ ਆ ਗਈ। तो जगन्नाथ जी बहुत कृपालू है, हमें जगन्नाथ जी का रथ खींचने जरूर आना चाहिए, क्योंकि जब हम उनका रथ खींचेंगे तो हमें यही प्रार्थना करनी चाहिए, जगन्नाथ जी मैं आपको जल्दी जल्दी वृंदावन लेके जा रही हूँ, आप जल्दी जल्दी क्या करो मेरे हृदय में आ बैठो। आज भगवान जगन्नाथ जी की यात्रा वृंदावन गार्डन में निकाली जा रही है और 12 तारीख को शहर के मोनी मंदिर से भी निकाली जाएगी। आज पुरी के अंदर भगवान जगन्नाथ अपने भक्तों को दर्शन देने के लिए बाहर आएंगे और वहाँ यात्रा निकल रही है, इसी उपलक्ष्य में हम यहाँ पे यात्रा निकाल रहे हैं। जय श्री भोलेनाथ दे जयकारिया नाल बाबा बर्फानी दे दर्शन वाली बटाला रोड तो नशा विरोधी निर्माण समाज संस्था दे प्रधान बाल कृष्ण शर्मा ने भगवान शिव दी पूजा की, नारियल तोड़ के बस नू रवाना किया। इस मौके गौतम कुमार, मोहित महाजन, ऋतिक कुमार समेत वड्डी गिनती विच लोग हाजिर सन। ਤਾਂ ਨਸ਼ਾ ਮੁਕਤ ਸਾਡਾ ਪੰਜਾਬ ਹੋਵੇ, ਤਾਂ ਕਿ ਜਿਹੜੀ ਸਾਡੀ ਯੁਵਾ ਪੀੜ੍ਹੀ ਹੈ ਜਿਹੜੀ ਦੇਸ਼ ਦੇ ਕੰਮ ਆ ਸਕੇ। ਕੱਲ੍ਹ ਨੂੰ ਸੈਨਿਕਾਂ ਦੀ ਲੋੜ ਹੈ, ਕੱਲ੍ਹ ਨੂੰ CRP ਦੀ ਲੋੜ ਹੈ, ਪੁਲਿਸ ਦੀ ਲੋੜ ਹੈ, ਸੋ ਸਾਨੂੰ ਇਸ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਜ਼ਰੂਰੀ ਹੈ। ਇਸ ਕਰਕੇ ਭੋਲੇ ਸ਼ੰਕਰ ਦੀ ਕਿਰਪਾ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਜਿਹੜੀ ਅਮਰਨਾਥ ਯਾਤਰਾ ਵਿੱਚ ਨਿਕਲੇ ਅਤੇ ਬਾਬਾ ਭੋਲੇ ਭੰਡਾਰੀ ਦੀ ਜਿਹੜੀ ਸੇਵਾ ਉਹ ਲਗਾਤਾਰ ਜਾਰੀ। ਭਗਵਾਨ ਜਗਨਨਾਥ ਰਥ ਯਾਤਰਾ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਬੜੀ ਧੂਮਧਾਮ ਨਾਲ ਕੱਢੀ ਗਈ ਅਤੇ ਪੂਜਾ ਅਰਚਨਾ ਕੀਤੀ ਗਈ ਅਤੇ ਲੋਕਾਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਜਨਰਲ ਸਕੱਤਰ ਅਰੁਣ ਖੰਨਾ, ਮੈਨੇਜਰ ਅਨਿਲ ਸ਼ਰਮਾ, ਸੰਜੀਵ ਖੰਨਾ, ਮਾਧਵ ਲਾਲ, ਗੁਲਸ਼ਨ ਕੋਹਲੀ ਅਤੇ ਹੋਰ ਮੈਂਬਰਸ ਹਾਜ਼ਰ ਸਨ। ਆਹ
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਕਾਰਯੋਗ ਸਵਰਗਵਾਸੀ ਸ਼੍ਰੀਮਤੀ ਸੁਦੇਸ਼ ਕੁਮਾਰੀ ਕੌਂਸਲਰ 29 ਜੂਨ 2024 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 8 ਜੁਲਾਈ 2024 ਦਿਨ ਸੋਮਵਾਰ ਨੂੰ ਦੁਪਹਿਰ 1-2 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬੀ ਬਲਾਕ ਨੇੜੇ ਰੇਲਵੇ ਕਲੋਨੀ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਮੌਕੇ ਸ਼ਿਆਮ ਸੋਨੀ, ਜੁਗਲ ਕਿਸ਼ੋਰ ਸ਼ਰਮਾ, ਹਰੇਂਦਰ ਸਿੰਘ ਸੰਧੂ, ਬੀਜੇਪੀ ਲਾਟੀ ਕੌਂਸਲਰ ਅਰੁਣ ਕੁਮਾਰ, ਸੁਰਿੰਦਰ ਕੁਮਾਰ ਸ਼ਿੰਦਾ ਨੇ ਪਰਿਵਾਰਕ ਮੈਂਬਰਸ ਨਾਲ ਦੁੱਖ ਸਾਂਝਾ ਕੀਤਾ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿਆਜ਼ ਅਤੇ ਟਮਾਟਰ ਦੇ ਰੇਟ ਘਟਾਏ ਜਾਣ ਤਾਂ ਜੋ ਲੋਕਾਂ ਦੀ ਜੇਬ ਤੇ ਪਿਆ ਭਾਰ ਘੱਟ ਹੋ ਸਕੇ। ਸ਼੍ਰੀ ਦੁਰਗਿਆਨਾ ਤੀਰਥ ਸ਼ਤਾਬਦੀ ਉਤਸਵ ਦੇ ਮੌਕੇ ਤੇ 3 ਰੋਜ਼ਾ ਸ਼੍ਰੀ ਜਗਨਨਾਥ ਰਥ ਯਾਤਰਾ ਦੀ ਸ਼ੁਰੂਆਤ ਕਥਾ ਵਿਆਸ ਪੀਠ ਅਤੇ ਬਿਰਾਜਮਾਨ ਪਰਮ ਪੂਜਨੀਕ ਗੌਰਦਾਸ ਜੀ ਮਹਾਰਾਜ ਨੇ ਭਗਤ ਮਾਲ ਗ੍ਰੰਥ ਦੀ ਪੂਜਾ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਜਨਰਲ ਸਕੱਤਰ ਅਰੁਣ ਖੰਨਾ, ਮੀਤ ਪ੍ਰਧਾਨ ਸੁਦਰਸ਼ਨ ਵਧਵਾ, ਚੇਅਰਮੈਨ ਸੰਜੀਵ ਖੰਨਾ, ਗੁਲਸ਼ਨ ਕੋਹਲੀ, ਮਾਧਵ ਲਾਲ ਹਾਜ਼ਰ ਸਨ। ਥਾਣਾ GRP ਪੁਲਿਸ ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਕਿਸੇ ਨੂੰ ਇਸ ਦੀ ਕੋਈ ਜਾਣਕਾਰੀ ਹੋਵੇ ਤਾਂ GRP ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਅੰਮ੍ਰਿਤਸਰ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਦੋਸ਼ੀਆਂ ਨੂੰ ਕੀਤਾ ਕਾਬੂ। ਥਾਣਾ ਡੀ ਡਿਵੀਜ਼ਨ ਨੂੰ ਮਿਲੀ ਸਫਲਤਾ, ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ। ਆਨੰਦ ਅੰਮ੍ਰਿਤ ਪਾਰਕ ਵਿੱਚ ਗੰਦਗੀ ਦੀ ਭਰਮਾਰ, ਸੀਵਰੇਜ ਦੇ ਪਾਣੀ ਨਾਲ ਫੈਲੀ ਬਦਬੂ। ਇਸ ਅਨਾਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦੋ ਇਜਾਜ਼ਤ, ਧੰਨਵਾਦ।